फगवाड़ा के वार्ड नंबर 24 मोहल्ला पिपा रंगी विखे विधायक बलविंदर सिंह धालीवाल वालों वार्ड के लोगों दीयां सुनिया गईयां समस्यावां। इस मौके विधायक बलविंदर सिंह धालीवाल ने लोगों नूं विश्वास दवाया कि उन्हां दीयां समस्यावां दा जल्द ही हल किया जाएगा। वतन की राहें तो पवन पिंका नाल द्रुप लुचा बहुत बहुत धन्यवाद करते कि अपना कीमती टाइम कट के जरा इतने सर जो बीबिया की जी प्रॉब्लम है प्रॉब्लम की शिकायत भी हैगी कि धालीवाल साहब जिदन के जित के तुम एक बार भी सानू उन्होंने रूबरू नहीं किया है क्योंकि जिनी बार भी तुम आए जो सड़क का उद्घाटन करने वास्ते आए जो किसी ना किसी काम का ही उद्घाटन करना आए समा थोड़ा हों 5-7 मिनट का तो आप सारे मिला नहीं सकते थोड़े न तो इस करके इन्हों हर बार कहा जाता है कि कोई गल नहीं आप टाइम रख के मीटिंग रख के सब उन्होंने तुम मिलाया जाएगा। तो सर पहला असं बहुत बहुत धन्यवाद करते हैं कि अपनी पार्टी ने जो वाटर सप्लाई और सीवरेज का काम शुरू किया पूरा कंप्लीट कर दिया क्योंकि वाटर सप्लाई दे मेरा ख्याल वो भी जिस दिन मतलब कनैक्शन करावे पानी उसी दिन बंद होगा उस तो पहले पानी ने टैंकी का बंद होगा जिदन वो कनैक्शन कर दिए जाएंगे उधर पानी जो पहली टैंकी का वो बंद कर दिया जाएगा। तो ये असं बहुत बहुत धन्यवाद करते हैं कि सर हूँ इधर साढ़े महला वासियों की एक प्रॉब्लम आ तुम आप भी देखो इन्होंने भी यही कहा कि धालीवाल साहब नूं बुला के असं इतने इन्हों दिखाया गुस्सा जाया गया कि वह बन गई गली वो नहीं बन साहब की एक ही धालीवाल साहब का कहना आ कि सड़क गली कोई भी नहीं बचनी चाहे उत्थे कोई बीजेपी का रहिंदा चाहे कोई बीएसपी का रहिंदा चाहे कोई भी रहिंदा गलियां सारियां जिन्नियां भी आ एक लैवल के हिसाब नाल सारियां बनाईयां जाणगियां। इस करके मीटिंग का हर रोज़ प्रोग्राम बनता सी लेकिन रोज़ किसी ना किसी वजह करके कोई अर्जेंट काम निकल आउंदा सी इस करके साहब कोलों पहुंचा नहीं सी जांदा बड़े नहीं ਅਸੀਂ ਤੁਹਾਡੇ ਅੱਗੇ ਬੇਨਤੀ ਕੀਤੀ ਆ ਤੁਸੀਂ ਰਹੋ ਮਿਨਿਸਟਰ ਤੁਹਾਨੂੰ ਬਣਾ ਕੇ ਵੀ ਇੱਥੋਂ ਭੇਜਾਂਗੇ ਉੱਥੇ ਸਰਕਾਰ ਬਣੂਗੀ ਕਾਂਗਰਸ ਦੀ ਉੱਥੇ ਬਣਾ ਕੇ ਫਿਰ ਮੰਤਰੀ ਬਣਾ ਕੇ ਭੇਜਾਂਗੇ। ਇੱਕ ਸਰ ਸਭ ਤੋਂ ਵੱਡੀ ਇੱਕ ਹੋਰ ਬੇਨਤੀ ਆ ਸਾਡੇ ਧੰਨਵਾਦ ਕਰਦਾ ਕਿ ਜਿੰਨੇ ਪੂਰੇ ਸ਼ਹਿਰ ਤੋਂ ਲੱਗ ਗਏ ਆਪਾਂ ਤਾਂ ਸਾਰੇ ਕਾਰਪੋਰੇਸ਼ਨ ਏਰੀਏ ਤੋਂ ਵੱਧ ਚੜ ਕੇ ਲੋਕਾਂ ਦੇ ਦੁੱਖ ਤੇ ਘੱਟ ਕਰਨ ਵਾਸਤੇ ਅਟੈਂਪਟ ਕਰ ਰਹੇ ਨੇ ਔਰ ਜਿੰਨਾ ਐਕਟਿਵਲੀ ਇਹ ਕੰਮ ਕਰਦੇ ਨੇ ਤਾਂ ਜਿੰਨਾ ਐਕਟਿਵਲੀ ਇਹ ਆਪਣੇ ਏਰੀਏ ਵਿੱਚ ਯਾਨੀ ਕਿ ਲੋਕਾਂ ਦੇ ਦੁੱਖ ਤਕਲੀਫ ਸੁਣ ਕੇ ਦੂਰ ਕਰਾਉਣ ਦੀ ਕੋਸ਼ਿਸ਼ ਕਰਦੇ ਉਹਨਾਂ ਕੋਈ ਬਾਕੀ ਦੂਸਰੀਆਂ ਵਾਰਡਾਂ ਦੇ ਵਿੱਚ ਉਹਨਾਂ ਬੰਦੇ ਨਹੀਂ ਕਰਦੇ ਜਿੰਨਾ ਇਹ ਕਰਦੇ ਔਰ ਤੁਹਾਡੇ ਵਾਸਤੇ ਇਹ ਦਿਨ ਪਰ ਰਾਤ ਬੇਸ਼ੱਕ ਦੀ ਸਚਹਿਰੀ 'ਚ ਹੋਵੇ ਬੇਸ਼ੱਕ ਦੀ ਮੇਰੇ ਕੋਲ ਜਾਣਾ ਹੋਵੇ ਬੇਸ਼ੱਕ ਦੀ ਥਾਣਿਆਂ 'ਚ ਜਾਣਾ ਹੋਵੇ ਤਾਂ ਦਿਨ ਪਰ ਰਾਤ ਇਹ ਮਿਹਨਤ ਕਰਦੇ ਹੈਗੇ ਨੇ ਇਸ ਕਰਕੇ ਸਾਡਾ ਸਾਰੇ ਹੀ ਸਾਰਿਆਂ ਦਾ ਫੌਜ ਬਣਦਾ ਹੈ ਬੇਸ਼ੱਕ ਦੀ ਕੋਈ ਸਾਡੇ ਐਮਸੀ ਸਾਹਿਬ ਹੈਗੇ ਨੇ ਬੇਸ਼ੱਕ ਦੀ ਕੋਈ ਕਾਂਗਰਸ ਵਰਕਰ ਹੈਗੇ ਨੇ ਜਾਂ ਕੋਈ ਸੀਨੀਅਰ ਵਰਕਰਸ ਹੈਗੇ ਨੇ ਜਾਂ ਮੇਰੇ ਵੱਲੋਂ ਹਰ ਟਾਈਮ ਕੋਸ਼ਿਸ਼ ਇਹੀ ਕੀਤੀ ਜਾਂਦੀ ਹੈ ਕਿ ਜਿੰਨਾ ਵੀ ਤੁਸੀਂ ਸਦ ਕੇ ਜਿਹੜਾ ਹੈ ਆਪਣੀ ਜ਼ਿੰਦਗੀ ਵਿੱਚ ਬੈਠੇ ਨੇ ਇਹਨਾਂ ਦੇ ਆਵਾਜ਼ ਪਹੁੰਚਾਉਣ ਕਰਕੇ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਇਹ ਸੜਕਾਂ ਦੇ ਅਸੀਂ ਲਗਭਗ ਜਿਹੜਾ ਹੈ ਕਰੋੜ ਰੁਪਏ ਤੋਂ ਉੱਪਰ ਜਿਹੜੇ ਹੈਗੇ ਕੰਮ ਸ਼ਾਇਦ ਇਸ ਏਰੀਏ ਵਿੱਚ ਕਰਵਾਉਣੇ ਹੈਗੇ ਉਹਦੇ ਵਿੱਚੋਂ 50 ਲੱਖ ਦੇ ਜਿਹੜੇ ਕੰਮ ਤਕਰੀਬਨ ਜਿਹੜੇ ਪਹਿਲਾਂ ਕੰਪਲੀਟ ਕਰ ਦਿੱਤੇ ਗਏ ਪਹਿਲਾਂ ਕੰਪਲੀਟ ਹੋ ਚੁੱਕੇ ਨੇ ਉਹ ਅਮਰਜੀਤ ਜੀ ਬੈਠੇ ਨੇ ਮਰਜੀਤ ਜੀ ਬੈਠੇ ਨੇ ਬਾਕੀ ਮੈਡਮ ਰਾਣੀ ਬੈਠੇ ਬਾਕੀ ਤੁਸੀਂ ਮਰਜੇ ਵਾਲੇ ਬੈਠੇ ਉਹ ਸਾਰੇ ਜਾਣਦੇ ਆ ਲੈ ਕੇ ਉੱਥੇ ਝੰਡੀਆਂ ਦਿੰਦੇ ਹੈਗੇ ਨੇ ਤਾਂ ਇਸ ਕਰਕੇ ਇਸ ਗੱਲ ਤੋਂ ਸਾਨੂੰ ਉੱਪਰ ਉੱਠ ਕੇ ਜਿਹੜਾ ਹੈਗਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਮੇਰਾ ਕਹਿਣ ਦਾ ਮਕਸਦ ਸੀਗਾ ਕਿ ਜੇ 500 ਕਰੋੜ ਰੁਪਏ ਉਦੋਂ ਕਹਿੰਦੇ ਸੀ ਤਾਂ ਸਾਡਾ ਤਾਂ ਸਾਰਾ ਏਰੀਆ 'ਚ ਕੋਈ ਰਹਿਣਾ ਨਹੀਂ ਚਾਹੀਦਾ ਸੀਗਾ ਵਾਟਰ ਹੈਗਾ ਕਾਫੀ ਦੇਰ ਤੋਂ ਕਹਿ ਰਹੇ ਸੀਗੇ ਵੀ ਸਾਡੇ ਏਰੀਏ 'ਚ ਕੰਮ ਸਖਤ ਹੋ ਕੇ ਜਾਓ ਪੀਪਾ ਰੰਗੀ ਵਿੱਚ ਹੁਣ ਤੱਕ ਕਿ ਪਹਿਲੇ ਸਮੇਂ ਵਿੱਚ ਜੋ ਕਿ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਜਿਹੜੀ ਸਰਕਾਰ ਰਹੀ ਹੈ ਜਾਂ ਇੱਥੇ ਉਹਨਾਂ ਦੀ ਕਾਰਪੋਰੇਸ਼ਨ ਦੇ ਕੰਟਰੋਲ ਰਿਹਾ ਉਹਨਾਂ ਵੱਲੋਂ ਕਦੇ ਵੀ ਜਿਹੜੇ ਗਰੀਬ ਗਰੂਬੇ ਵਾਲੇ ਜਾਂ ਬਾਹਰਲੇ ਏਰੀਏ ਸੀਗੇ ਜਿੱਥੇ ਕਿ ਬੇਸਿਕ ਕੰਮ ਹੋਣਾ ਸੀ ਉੱਥੇ ਕਦੋਂ ਵੀ ਤਵੱਜੋ ਨਹੀਂ ਦਿੱਤੀ ਅਤੇ ਜਿਸ ਸਦਕਾ ਯਾਨੀ ਕਿ ਅੱਜ ਬਹੁਤ ਹੀ ਜਿਹੜੇ ਹੈਗੇ ਸਾਡੇ ਵੱਲੋਂ ਜਿਹੜਾ ਬਾਹਰਲੇ 16 ਪਿੰਡ ਹੈਗੇ ਆ ਉਹਨਾਂ ਵਿੱਚ ਵਿਕਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਉਸੇ ਕੜੀ ਵਿੱਚ ਜਿਹੜਾ ਹੈਗਾ ਪੀਪਾ ਰੰਗੇ ਵਿੱਚ ਲਗਭਗ ਜਿਹੜੇ ਹੈ 50 ਲੱਖ ਦੇ ਕੰਮ ਪਹਿਲਾਂ ਕੰਪਲੀਟ ਕੀਤੇ ਜਾ ਚੁੱਕੇ ਹਨ ਔਰ ਉਸੇ ਕੜੀ ਵਿੱਚ ਜਿਹੜਾ 28 ਲੱਖ ਦੇ ਇੱਕ ਜਿਹੜਾ ਹੋਰ ਮੇਨ ਜਿਹੜਾ ਲੋਕਾਂ ਦੀ ਮੁੱਖ ਮੰਗ ਸੀ ਬਹੁਤ ਰਸਤਾ ਖਰਾਬ ਹੈਗਾ ਔਰ ਟੋਏ ਬਣ ਚੁੱਕੇ ਹੈਗੇ ਨੇ ਉਹਦੇ ਵਿੱਚ ਵੀ ਜਿਹੜਾ ਹੈਗਾ ਅਸੀਂ 2 ਜਾਂ 3 ਦਿਨ ਦੇ ਵਿੱਚ ਕੰਮ ਸਟਾਰਟ ਕਰਨ ਜਾ ਰਹੇ ਹੈਗੇ ਉਸ ਤੋਂ ਬਿਨਾਂ 66 ਲੱਖ ਦੇ ਹੋਰ ਜਿਹੜੇ ਹੈਗੇ ਅਸੀਂ ਟੈਂਡਰਸ ਵਗੈਰਾ ਜਿਹੜੇ ਫਾਈਨਲਾਈਜ਼ ਸਟੇਜ 'ਤੇ ਹੋ ਗਏ ਹੈਗੇ ਉਮੀਦ ਹੈ ਕਿ ਲਗਭਗ ਜਿਹੜਾ 1 ਕਰੋੜ ਦੇ ਕੰਮ ਹੋਰ ਆਉਣੇ ਆ ਤਾਂ ਇਸ ਤੋਂ ਬਿਨਾਂ ਜਿਹੜਾ ਹੈਗਾ 2.25 ਕਰੋੜ ਦੀਆਂ ਜਿਹੜੇ ਲਾਈਟਾਂ ਦੇ ਕੰਮ ਵੀ ਸ਼ੁਰੂ ਕਰਵਾਉਣ ਜਾ ਰਹੇ ਹੈਗੇ ਇਸ ਕਰਕੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ 1.5-2 ਮਹੀਨੇ ਦੇ ਵਿੱਚ ਜਿਹੜਾ ਹੈਗਾ ਹਰ ਸਮੇਂ ਕੋਸ਼ਿਸ਼ ਕੀਤੀ ਜਾਊਗੀ ਜਿੰਨੇ ਵੀ ਸਾਡਾ ਬਾਹਰਲਾ ਏਰੀਆ ਜਾਂ ਹੋਰ ਵੀ ਜਿੰਨੇ ਹੈਗੇ ਸੜਕਾਂ ਦਾ ਕੰਮ ਹੋਵੇ ਬੇਸ਼ੱਕ ਪੈਚਵਰਕ ਹੋਵੇ ਬੇਸ਼ੱਕ ਲਾਈਟਸ ਹੋਵੇ
पिछड़े गलियां नालियां हो तो हर संभव कोशिश की जाएगी, वध तो वध लोगों की मुश्किल मुख रखते हुए ये काम शुरुआत की जाएगी। और मैं उम्मीद कर रहा कि इस दे नाल लोगों जो पिछले 10 सालों तो लोग दुख भोग रहे हैं और पिछली इन्हों की आपसी जी है पिछली कारपोरेशन वालों किसी प्रकार का कोई ध्यान नहीं दिता गया उन्होंने रखे हुए जो आने वाले समय में असं कोशिश करेंगे 2-3 महीने जोड़ा लोग पिछले 10 साल तो जोड़ा ये संताप भोग रहे हैं उसमें दूर करने की कोशिश की जाएगी। और ये जो सारे ही सबका एम सी अमरजीत सिंह जी अपने मैडम जी रानी जी जगजीवन जी इस एरिए बहुत बड़ा उपराला कर रहे हैं और हर संभव कोशिश की जा रही है लोगों को दरपेश मुश्किलों को हल किया जाए। भाजपा जी सबका मेयर है वो दावा कर रहे भी साड़ी कार्यकाल जी सारा काम बहुत वधिया कीता है भी कांग्रेस कुछ कर नहीं सकता और तुम पीपा रंगी जो गेड़ा मार के चले जाओ तो बाद मेयर को फोटो खुट के खुच के दिखा दो मेयर साहब देख लैन भी इतने किन्ने हो इस तो बिना मेयर साहब को यह भी देखो भी जो पत्थर ला के गए हो वो जीती जागदी तस्वीर हजे भी वो पत्थर लगे खड़े ने जिते कि शर्म आती है कि पत्थर लाने तो बाद जे पिछले टाइम च पत्थर लाँच रीवन कटाच और हरिया झंडिया देने ज़्यादा विश्वास किया है इन्होंने हूँ जो इन्हों को ज़्यादा लगता है कि पिछले 10 साल बहुत कम कर गए तो 16 पिंड जो झाती मान बहार आ के देखने की लोगों है सो उन्होंने काम किया होंगे तो मेरे ख्याल अच्छे सूँ इन जदोजहद ना करनी पैनी इस करके कली अखबार की खबर ज किसी चैनल दो इंटरव्यू दे के काम नहीं होंगे लोगों के बच्चे जाके काम होंगे और बच्चे जाके पता लगता है कि लोग कितने खड़े हैं।